ਨਵਾਂ ਚੈਪਟਰ ਸ਼ੁਰੂ ਕਰਨਾ 8th ਕਲਾਸ ਦੇ ਮੈਥ ਦਾ, ਉਹ ਹੈਗਾ ਚੈਪਟਰ ਨੰਬਰ 4 ਡਾਟਾ ਹੈਂਡਲਿੰਗ, ਅੰਕੜਿਆਂ ਦਾ ਪ੍ਰਬੰਧਨ। ਪਹਿਲਾ ਹੈ ਕਿ ਇਹ ਦੇਖੀ, ਡਾਟਾ ਹੈਂਡਲਿੰਗ ਅੰਕੜਿਆਂ ਦਾ ਪ੍ਰਬੰਧਨ ਦਾ ਮਤਲਬ ਹੈ ਕਿ ਮੰਨ ਲਓ, ਮੈਂ ਤੁਹਾਨੂੰ ਇਹ ਚੀਜ਼ ਇੱਕ ਉਦਾਹਰਣ ਨਾਲ ਐਗਜ਼ਾਮਪਲ ਨਾਲ ਸਮਝਾਉਂਦੀ। ਮੰਨ ਲਓ ਆਪਣੇ ਸਕੂਲ 'ਚ ਕੋਈ ਬੰਦੇ ਆਏ, ਉਹ ਕਹਿੰਦੇ ਤੁਹਾਡੇ ਸਕੂਲ 'ਚ ਅਸੀਂ ਦੇਖਣਾ ਕਿ ਕਿਹੜੇ ਬੱਚੇ ਦੀ ਉੱਚਾਈ 160 ਸੈਂਟੀਮੀਟਰ ਹੈ, ਕਿਹੜੇ ਬੱਚੇ ਦੀ ਉੱਚਾਈ 161 ਸੈਂਟੀਮੀਟਰ ਹੈ, ਕਿਹੜੇ ਬੱਚੇ ਦੀ ਉੱਚਾਈ 162 ਸੈਂਟੀਮੀਟਰ ਹੈ, ਅਤੇ ਨਾਲ ਭਾਰ ਦੇਖਣਾ ਕਿ ਕਿਹੜਾ ਬੱਚਾ 40 ਕਿਲੋ ਦਾ, ਕਿਹੜਾ 42 ਕਿਲੋ ਦਾ, ਕਿਹੜਾ 45 ਕਿਲੋ। ਠੀਕ ਹੈ, ਹੁਣ ਉਹ ਕੀ ਕਰਨਗੇ, ਪਹਿਲਾਂ ਮੰਨ ਲਓ 6ਵੀਂ ਕਲਾਸ ਦੇ ਬੱਚੇ ਬੁਲਾਉਣਗੇ ਲਾਈਨ ਸਿਰ, ਅਤੇ ਪਹਿਲੇ ਬੱਚੇ ਦਾ ਭਾਰ ਤੋਲਣਗੇ, ਲਿਖਣਗੇ ਜੀ 35 ਕਿਲੋ ਹੈ, 35 ਕਿਲੋ। ਇਹ 6ਵੀਂ ਕਲਾਸ ਦੇ ਪਹਿਲੇ ਬੱਚੇ ਦਾ। ਰੋਲ ਨੰਬਰ ਵਾਈਜ਼ ਦੂਜਾ ਬੱਚਾ ਬੁਲਾਉਣਗੇ, ਮੰਨ ਲਓ ਉਹਦਾ ਭਾਰ ਆ ਗਿਆ 40 ਕਿਲੋ, ਫਿਰ ਤੀਜਾ ਬੱਚਾ ਬੁਲਾਉਣਗੇ, ਮੰਨ ਲਓ ਉਹਦਾ ਭਾਰ ਆ ਗਿਆ 34 ਕਿਲੋ। ਐਵੇਂ 6ਵੀਂ ਕਲਾਸ ਦਾ ਸਾਰੇ ਬੱਚਿਆਂ ਦਾ ਡਾਟਾ ਲਿਖਣਗੇ, ਉਸ ਤੋਂ ਬਾਅਦ 7ਵੀਂ ਕਲਾਸ ਦੇ ਬੱਚਿਆਂ ਦਾ, ਫਿਰ 8ਵੀਂ ਦਾ, 9ਵੀਂ, 10ਵੀਂ, ਐਵੇਂ ਸਾਰਾ ਕਰਨਗੇ। ਇਹੀ ਹੈ ਨਾ, ਹੁਣ ਜਿਹੜਾ ਉਹਨਾਂ ਨੇ ਪੂਰੇ ਸਕੂਲ ਦੇ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਸਾਰੇ ਬੱਚਿਆਂ ਦਾ ਭਾਰ ਇੱਕ ਪੇਜ 'ਤੇ ਲਿਖ ਲਿਆ, ਹੁਣ ਉਹ ਭਾਰ ਨੂੰ ਜੇ ਉਹਨਾਂ ਨੇ ਦੇਖਣਾ ਹੋਵੇ, ਉਹਨਾਂ ਨੇ ਭਾਰ ਤਾਂ ਰਿਕਾਰਡ ਕਰ ਲਿਆ, ਮੰਨ ਲਓ ਮੈਂ ਇੱਥੇ 10 ਰਕਮਾਂ ਨੋਟ ਕਰ ਲਈ, ਮੰਨ ਲਓ ਇੱਕ ਵਾਰ ਮੈਂ 10 ਬੱਚਿਆਂ ਦਾ ਹੀ ਲਿਖਿਆ, ਮੰਨ ਲਓ ਮੈਂ 10 ਬੱਚਿਆਂ ਦਾ ਭਾਰ ਲਿਖਿਆ। ਹੁਣ ਜੇ ਉਹਨਾਂ ਨੇ ਦੇਖਣਾ ਹੋਵੇ ਕਿ ਆਪਣੇ ਸਕੂਲ ਵਿੱਚ ਸਭ ਤੋਂ ਘੱਟ ਭਾਰ ਵਾਲਾ ਕਿੰਨੇ ਬੱਚੇ ਹੈ, ਜਾਂ 40 ਕਿਲੋ ਭਾਰ ਦੇ ਪੂਰੇ ਸਕੂਲ 'ਚ ਕਿੰਨੇ ਬੱਚੇ ਹੈ, 60 ਕਿਲੋ ਭਾਰ ਦੇ ਕਿੰਨੇ ਬੱਚੇ ਹੈ, ਤਾਂ ਇਹ ਸਾਰੀਆਂ ਕਲਾਸਾਂ ਬਾਰ ਬਾਰ ਦੇਖੀ ਜਾਣਗੇ। ਬਾਰ ਬਾਰ ਟਾਈਮ ਲੱਗੂਗਾ ਨਾ, ਕਿੰਨਾ ਟਾਈਮ ਲੱਗੂਗਾ, ਇੰਨਾ 600 ਬੱਚਾ, ਇਕੱਲੀ ਇਕੱਲੀ ਰਕਮ ਦੇਖ ਲਈ ਕਈ ਵਾਰ ਭੁਲੇਖਾ ਵੀ ਪੈ ਸਕਦਾ, ਗਲਤ ਵੀ ਹੋ ਸਕਦਾ ਨਾ। ਤਾਂ ਇੱਕ ਤਰੀਕਾ, ਇਹ ਕੁਛ ਨਿਯਮ ਜਿਨ੍ਹਾਂ ਨਿਯਮਾਂ ਨਾਲ ਉਹ ਸਾਰੀਆਂ ਰਕਮਾਂ ਨੂੰ ਇੱਕ ਟੇਬਲ ਦੇ ਰੂਪ 'ਚ ਦਿਖਾਇਆ ਜਾਵੇ, ਉਹਨੂੰ ਕਹਿੰਦੇ ਆ ਡਾਟਾ ਹੈਂਡਲਿੰਗ। ਮਤਲਬ ਉਹ ਜਿਹੜੇ ਅੰਕੜੇ ਇਕੱਠੇ ਕੀਤੇ ਆ, ਅੰਕੜੇ ਦਾ ਮਤਲਬ ਹੁੰਦਾ ਜਿਹੜਾ ਇਕੱਲੇ ਇਕੱਲੇ ਬੱਚੇ ਦਾ ਆਪਾਂ ਰਿਕਾਰਡ ਕੀਤਾ, ਇਹਨੂੰ ਅੰਕੜੇ ਕਹਿੰਦੇ ਆ। ਇਕੱਲੇ ਇਕੱਲੇ ਬੱਚੇ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਆਪਾਂ ਇਕੱਠੀ ਕਰਨੀ ਸੀ ਉਹ ਇਕੱਠੀ ਕਰਕੇ ਲਿਖੀ ਹੈ, ਇਹਨਾਂ ਨੂੰ ਕੀ ਕਹਿੰਦੇ ਆ, ਅੰਕੜੇ। ਹੁਣ ਇਹ ਅੰਕੜਿਆਂ ਨੂੰ ਕੁਛ ਨਿਯਮ ਦੇ ਅੰਦਰ ਰਹਿ ਕੇ ਟੇਬਲ ਦੇ ਰੂਪ ਵਿੱਚ ਜਦੋਂ ਦਰਸਾਇਆ ਜਾਂਦਾ ਹੈ ਕੁਛ ਨਿਯਮਾਂ ਨਾਲ, ਤਾਂ ਕਿ ਆਪਾਂ ਨੂੰ ਇਹਨਾਂ ਨੂੰ ਲੱਭ ਕੇ ਕੋਈ ਵੀ ਚੀਜ਼ ਦਾ ਜਵਾਬ ਦੇਣਾ ਕੀ ਹੋ ਜੇ, ਸੌਖਾ। ਉਹਨੂੰ ਕਹਿੰਦੇ ਡਾਟਾ ਹੈਂਡਲਿੰਗ, ਅੰਕੜਿਆਂ ਦਾ ਪ੍ਰਬੰਧਨ। ਸਮਝ ਲੱਗ ਗਈ? ਹਾਂਜੀ। ਹੁਣ ਆਪਾਂ ਜਦੋਂ ਸਵਾਲ ਕਰਾਂਗੇ ਤੁਹਾਨੂੰ ਹੋਰ ਕਲੈਰਿਟੀ ਹੋ ਜੂ, ਪਤਾ ਚੱਲ ਗਿਆ। ਹੁਣ ਜਿਹੜੀ ਆਪਾਂ ਐਕਸਰਸਾਈਜ਼ 4.1 ਕਰਨੀ ਹੈ, ਉਹਦੇ 'ਚ ਉਹਨਾਂ ਨੇ ਐਵੇਂ ਡਾਟਾ ਆਪਾਂ ਨੂੰ ਲਿਖਿਆ ਹੋਣਾ, ਆਪਾਂ ਇਸ ਅੰਕੜਿਆਂ ਨੂੰ ਟੇਬਲ ਦੇ ਰੂਪ ਵਿੱਚ ਦਿਖਾਉਣਾ ਹੈ ਕਿ ਕਿਹੜੀ ਰਕਮ ਕਿੰਨੀ ਵਾਰ ਆਈ ਹੈ। ਮਤਲਬ ਜੇ ਇਸ ਉਦਾਹਰਣ ਦੀ ਗੱਲ ਕਰੀਏ ਤਾਂ 40 ਕਿਲੋ ਕਿੰਨੇ ਬੱਚਿਆਂ ਦਾ ਭਾਰ ਹੈ, 3, ਤਾਂ ਆਪਾਂ 40 ਕਿਲੋ ਦੇ ਅੱਗੇ ਲਿਖ ਦਾਂਗੇ 3, ਮਤਲਬ 6ਵੀਂ ਕਲਾਸ 'ਚ 40 ਕਿਲੋ ਦੇ 3 ਬੱਚੇ ਹੈ।
38 ਕਿਲੋ ਦੇ ਕਿੰਨੇ ਬੱਚੇ ਆ? 1 ਕਿਲੋ, 1 ਬੱਚਾ। 39 ਕਿਲੋ ਦੇ ਕਿੰਨੇ ਭਾਰ ਵਾਲੇ ਕਿੰਨੇ ਬੱਚੇ ਆ? 1 ਬੱਚਾ। ਤਾਂ ਐਵੇਂ ਆਪਣੇ ਕੋਲ ਕੱਲੇ 6ਵੀਂ ਕਲਾਸ ਦੇ ਬੱਚਿਆਂ ਦਾ ਰਿਪੋਰਟ ਬਣਦੀ ਜੀ ਕਿ 6ਵੀਂ ਕਲਾਸ 'ਚ 40 ਕਿਲੋ ਦੇ ਇੰਨੇ ਬੱਚੇ ਆ, ਟੋਟਲ ਇੰਨੇ ਬੱਚੇ, 38 ਕਿਲੋ ਦੇ ਇੰਨੇ ਬੱਚੇ ਆ, 39 ਕਿਲੋ ਭਾਰ ਵਾਲੇ ਇੰਨੇ ਬੱਚੇ, ਇੱਕ ਪੂਰਾ ਰਿਕਾਰਡ ਬਣ ਜੂਗਾ ਨਾ। ਉਸ ਰਿਕਾਰਡ ਨੂੰ ਆਪਾਂ ਡਾਟਾ ਹੈਂਡਲਿੰਗ ਅੰਕੜਿਆਂ ਦਾ ਪ੍ਰਬੰਧਨ ਕਹਿੰਦੇ ਹਾਂ। ਤਾਂ ਉਸ ਰਿਕਾਰਡ ਨੂੰ ਜਦੋਂ ਆਪਾਂ ਅੰਕੜਿਆਂ ਨੂੰ ਟੇਬਲ ਦੇ ਰੂਪ ਵਿੱਚ ਲਿਖਦੇ ਹਾਂ ਉਹਨੂੰ ਕਹਿੰਦੇ ਹਾਂ ਬਾਰੰਬਾਰਤਾ ਸਾਰਣੀ, ਬਾਰੰਬਾਰਤਾ ਵੰਡ ਸਾਰਣੀ। ਇੰਗਲਿਸ਼ 'ਚ ਕਹਿੰਦੇ ਹਾਂ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ। ਪੰਜਾਬੀ ਚ ਕਹਿੰਦੇ ਆ ਬਾਰੰਬਾਰਤਾ ਵੰਡ ਸਾਰਣੀ, ਮਤਲਬ ਟੇਬਲ, ਵੰਡ ਮਤਲਬ ਡਿਸਟ੍ਰੀਬਿਊਸ਼ਨ, ਬਾਰੰਬਾਰਤਾ ਮਤਲਬ ਫ੍ਰੀਕੁਐਂਸੀ। ਸਮਝ ਲੱਗ ਗਈ? ਹਾਂਜੀ, ਪੱਕੀ ਗੱਲ ਹੈ, ਪੱਕੀ ਜੀ, ਉੱਕਾ ਪੁੱਕਾ ਸਮਝ ਲੱਗ ਗਿਆ ਕਿ ਇਸ ਡਾਟਾ ਹੈਂਡਲਿੰਗ ਅੰਕੜਿਆਂ ਦੇ ਪ੍ਰਬੰਧਨ ਦਾ ਕੀ ਮਤਲਬ ਹੈ। ਜਦੋਂ ਆਪਾਂ ਅੰਕੜਿਆਂ ਨੂੰ ਨਿਯਮਾਂ ਦੇ ਅਨੁਸਾਰ ਇੱਕ ਟੇਬਲ 'ਚ ਪੂਰਾ ਸੈੱਟ ਕਰ ਦਿੰਦੇ ਸੋਹਣਾ ਸੋਹਣਾ ਲਿਖ ਕੇ, ਕਿਉਂ ਕਰਦੇ ਹਾਂ? ਤਾਂ ਕਿ ਜਿਹੜੀ ਆਪਾਂ ਨੂੰ ਪ੍ਰਸ਼ਨ ਦਾ ਜਵਾਬ ਚਾਹੀਦਾ ਤਾਂ ਆਪਾਂ ਮਿੰਟੋ ਮਿੰਟੀ ਟੇਬਲ ਦੇਖੀਏ, ਜਵਾਬ ਮਿਲ ਜੇ। ਕੱਲੀ ਕੱਲੀ ਰਕਮ ਨੂੰ ਲੱਭਣ ਦੀ ਬਜਾਏ ਟੇਬਲ ਤੋਂ ਹੀ ਸਿੱਧੇ ਜਵਾਬ ਮਿਲ ਜਾਣ, ਆਪਣੇ ਸੌਖ ਲਈ ਆਪਾਂ ਇਹ ਸਾਰਾ ਕੰਮ ਕਰ। ਹੁਣ ਐਕਸਰਸਾਈਜ਼ 4.1 ਦਾ ਪਹਿਲੇ ਕੁਐਸਚਨ ਦੀ ਰਕਮ ਲਿਖਦੀ ਹੈ। ਇਹਦੇ ਵਿੱਚ ਦੇਖੋ 1, 2, 1, 5, 6 ਆਹ ਨੰਬਰ ਹੈ, ਕਿੰਨੀਆਂ ਰਕਮ ਹੈ? 40 ਰਕਮ ਹੈ। ਬੁੱਕ ਵਿੱਚ ਕੁਐਸਚਨ ਹੈ ਕਿ 40 ਬੱਚਿਆਂ ਦੇ ਆਪਾਂ ਨੂੰ ਉਹਨਾਂ ਨੇ ਅੰਕ ਦਿੱਤੇ ਹੈ, ਮੰਨ ਲਓ ਹਿੰਦੀ ਸਬਜੈਕਟ ਵਿੱਚ ਅੰਕ ਦਿੱਤੇ ਹੈ। ਕਿ ਪਹਿਲੇ ਬੱਚੇ ਦੇ ਹਿੰਦੀ 'ਚ ਨੰਬਰ ਦਸਾਂ 'ਚੋਂ 1 ਹੈ, ਦੂਜੇ ਦੇ 2 ਹੈ, ਤੀਜੇ ਦੇ 1 ਹੈ, ਚੌਥੇ ਦੇ 5 ਹੈ, ਛੇਵੇਂ ਦੇ 6 ਹੈ। ਐਵੇਂ ਬੱਚਿਆਂ ਦੇ 10 ਨੰਬਰ ਦਾ ਟੈਸਟ ਹੋਇਆ ਸੀ ਹਿੰਦੀ ਦਾ, ਉਹਦੇ 'ਚੋਂ ਬੱਚਿਆਂ ਨੇ ਕਿੰਨੇ ਕਿੰਨੇ ਨੰਬਰ ਲਿੱਤੇ ਆ? 10। ਠੀਕ ਹੈ, ਟੋਟਲ ਕਿੰਨੇ ਬੱਚੇ ਹੈ? 40। ਤਾਂ ਹੁਣ ਆਪਾਂ ਨੂੰ ਉਹਨਾਂ ਨੇ ਕਿਹਾ ਬਾਰੰਬਾਰਤਾ ਸਾਰਣੀ ਬਣਾਓ, ਮਤਲਬ ਆਪਾਂ ਕੀ ਬਣਾਉਣਾ? ਟੇਬਲ, ਫ੍ਰੀਕੁਐਂਸੀ ਟੇਬਲ। ਹੁਣ ਇਹਦੇ 'ਚ 2 ਡੱਬੇ ਆ, ਪਹਿਲੇ ਡੱਬੇ 'ਚ ਆ ਜਿਹੜੀ ਡਾਟਾ ਦਿੱਤਾ, ਅੰਕੜੇ ਦਿੱਤੇ ਆ, ਉਹ ਲਿਖਣੇ ਆ। ਹੁਣ ਇਹ ਹੈਡਿੰਗ ਕੀ ਹੈ? ਅੰਕ ਹੈ ਆਪਣੇ ਕੋਲ, ਤਾਂ ਇਹਨੂੰ ਲਿਖਾਂਗੇ ਅੰਕ ਪੰਜਾਬੀ, ਇੰਗਲਿਸ਼ 'ਚ ਲਿਖ ਦਾਂਗੇ ਮਾਰਕਸ। ਦੂਜੀ, ਹੁਣ ਇਹ ਨੰਬਰ ਕਿੰਨੀ ਕਿੰਨੀ ਵਾਰ ਆਇਆ ਉਹਨੂੰ ਕਹਿੰਦੇ ਆਪਾਂ ਬਾਰੰਬਾਰਤਾ, ਪੰਜਾਬੀ 'ਚ ਕਹਿੰਦੇ ਆ ਬਾਰੰਬਾਰਤਾ, ਇੰਗਲਿਸ਼ 'ਚ ਕਹਿੰਦੇ ਆ ਫ੍ਰੀਕੁਐਂਸੀ। ਹੁਣ ਅੰਕ ਕਿਹੜਾ ਕਿਹੜਾ ਵਰਤਿਆ? ਜਿਹੜਾ ਛੋਟਾ ਅੰਕ ਕਿਹੜਾ ਪਹਿਲਾਂ? 0, 0 ਵੀ ਹੈ ਨਾ, ਚਾਹੇ 1 ਪਹਿਲਾਂ ਲਿਖ ਲਓ ਫਿਰ 0 ਲਿਖ ਲਓ, ਕੋਈ ਫਰਕ ਨਹੀਂ, ਪਰ ਆਪਾਂ ਇੱਕ ਸੀਕੁਐਂਸ ਲਿਖਦੇ ਪਏ, ਪਹਿਲਾਂ 0, ਉਸ ਤੋਂ ਬਾਅਦ ਕਿਹੜਾ ਨੰਬਰ ਵਰਤਿਆ ਗਿਆ? 1, ਉਸ ਤੋਂ ਬਾਅਦ 2, 3, 4, 5, 6, 7, 8, 9, 10, 7 ਨਹੀਂ ਹੈਗਾ, 6 ਤੱਕ ਹੀ ਹੈ। ਹਾਂਜੀ, ਚਲੋ ਫਿਰ ਇਹਨੂੰ ਖੁੱਲਾ ਕਰ ਦੇ, 6, ਯਾਨੀ ਕਿ 0 ਨੰਬਰ ਆਇਆ ਹੋਇਆ, 1 ਨੰਬਰ, 2, 3, 4, 5, 6 ਮੈਂ ਐਵੇਂ ਲਿਖ ਲਿਆ। ਚਾਹੇ ਤੁਸੀਂ 6, 5, 4 ਤੇ ਲਿਖ ਸਕਦੇ ਹੋ, ਜਾਂ 1, 0, 2, 4, 6 ਐਵੇਂ ਮਿਕਸ ਕਰਕੇ ਲਿਖ ਸਕਦੇ ਹੋ, ਕੋਈ ਗੱਲ ਨਹੀਂ। ਹੁਣ ਜਿਹੜਾ ਜਿਹੜਾ ਨੰਬਰ ਇੱਥੇ ਆਪਾਂ ਨੂੰ ਦਿੱਤਾ ਸੀ ਉਹ ਲਿਖ ਲਿਆ, ਹੁਣ ਆਪਾਂ ਲਿਖਣਾ
ਕਿ 0 ਨੰਬਰ ਕਿੰਨੀ ਵਾਰ ਕਿੰਨੇ ਬੱਚਿਆਂ ਦਾ ਆਇਆ। ਇਥੋਂ ਦੇਖੇ 1 0 2 0 3 0 4 0 5 5 5 ਵਾਰ 0, ਯਾਨੀ ਕਿ 5 ਬੱਚਿਆਂ ਦੇ ਹਿੰਦੀ ਦੇ ਟੈਸਟ ਵਿੱਚ 10ਾਂ ਚੋਂ 0 ਆਇਆ। ਇੱਥੇ ਹੁਣ 1 ਨੰਬਰ 2 ਨੰਬਰ ਦੇਖੋ 1 2 3 4 5 6 7 8 9 10 11 12 12 ਵਾਰ 2 3 5 1 2 3 4 5 6 3 ਜਿਹੜਾ ਹੈਗਾ 5 ਵਾਰ 4 1 2 3 4 5 ਤਿੰਨ ਵਾਰ ਆ ਰਿਹਾ। ਅੱਗੇ 6 ਕਿੰਨੀ ਵਾਰ ਆਈ? 2 ਵਾਰੀ। 6 ਤਿੰਨ ਵਾਰ ਕਿ 2 ਵਾਰ? 3 ਵਾਰੀ। 1 2 3 3 ਵਾਰੀ। ਹੁਣ ਉਹਨੇ ਕਿਹਾ ਸੀ ਬੁੱਕ 'ਚ ਕਿਹਾ ਕਿ 40 ਬੱਚਿਆਂ ਦਾ, ਹੁਣ ਇਹਨੂੰ ਜੋੜ ਕੇ ਦੇਖੋ 40 ਬਣਦੇ ਆ। 6 5 11 ਤੇ 12 23 23 ਤੇ 5 28 28 ਤੇ 6 34 34 ਤੇ 6 40 ਟੋਟਲ ਆਪਣਾ ਇੱਥੇ ਜੋੜ ਕਿੰਨਾ ਬਣ ਗਿਆ? 40 ਇੱਥੇ ਕੁੱਲ ਆ ਗਿਆ 40 ਹੁਣ 40 ਬੱਚਿਆਂ ਦਾ ਡਾਟਾ ਦਿੱਤਾ ਸੀ, 40 ਰਕਮਾਂ ਸੀ, ਜੋੜ 40 ਬਣ ਗਿਆ, ਤਾਂ ਆਪਣਾ ਇੱਥੇ ਕੁਐਸਚਨ ਖਤਮ ਹੋ ਗਿਆ। ਉਹਨਾਂ ਨੇ ਕਿਹਾ ਸੀ ਇਸ ਨੂੰ ਬਾਰੰਬਾਰ ਤਾਂ ਸਾਰਨੀ ਬਣਾਓ, ਆਪਾਂ ਟੇਬਲ ਦੇ ਰੂਪ ਵਿੱਚ ਸਾਰਾ ਡਾਟਾ ਲਿਖਤਾ। ਹੁਣ ਦੇਖੋ ਕੀ ਫਾਇਦਾ ਆਪਾਂ ਇੱਥੋਂ ਦੇਖੀਏ, ਹੁਣ ਕਿੱਥੇ ਐਵੇਂ ਹੁਣ ਆਪਾਂ ਨੂੰ ਕਿੰਨਾ ਟਾਈਮ ਲੱਗਿਆ ਨਾ ਗਿਣਤੀ ਕਰਨ 'ਚ। ਹੁਣ ਜੇ ਕੋਈ ਬਾਹਰੋਂ ਆਉਂਦਾ ਉਹ ਪੁੱਛਦਾ ਜੀ ਇਹ ਕਿੰਨੇ ਬੱਚਿਆਂ ਦੇ 0 ਨੰਬਰ ਆਏ, ਫਟਾਫਟ ਦੇਖ ਲਾਂਗੇ ਨਾ 5 ਬੱਚਿਆਂ ਦੇ ਆਏ। ਕਿਤੇ ਆਪਾਂ ਜੇ ਇਹ ਟੇਬਲ ਨਾ ਬਣਾਉਂਦੇ ਤੇ ਤੋ ਕਰਨਾ ਔਖਾ ਲੱਗਣਾ ਸੀ ਨਾ, ਕਿੰਨਾ ਟਾਈਮ ਲੱਗਣਾ ਸੀ। ਕਿਤੋਂ ਟੇਬਲ ਬਣਿਆ ਮਿੰਟੋ ਮਿੰਟੀ ਦੱਸਦਾ ਜੀ 5 ਬੱਚਿਆਂ ਦੇ 0 ਆਏ, 6 ਬੱਚਿਆਂ ਦੇ ਇੰਨੇ ਨੰਬਰ ਆਏ, 8 ਦੇ ਇੰਨੇ। ਸਮਝ ਲੱਗ ਗਈ? ਇਹ ਟੇਬਲ ਦਾ ਫਾਇਦਾ, ਇਸੇ ਕਰਕੇ ਆਪਾਂ ਤੁਹਾਨੂੰ ਪੜ੍ਹਾ ਰਹੇ ਹਾਂ ਡਾਟਾ ਹੈਂਡਲਿੰਗ, ਅੰਕੜਿਆਂ ਦਾ ਪ੍ਰਬੰਧਨ।